ਹਾਏ ਪਿਆਰ ਹੋ ਗਈ। ਬਸ ਮੈਂ ਤਾਂ ਇੱਥੇ ਕਿਤੇ ਨਹੀਂ ਜਾਣਾ ਹੈਗਾ, ਬਸ ਨਾ ਮੈਂ ਰੋਟੀ ਖਾਵਾਂ ਨਾ ਭੁੱਖਾ ਪਾਣਾ, ਮੈਂ ਇੱਥੇ ਪਿਆ ਰਹੂੰਗਾ, ਨਾ ਪਾਣੀ ਪੀਊਂਗਾ, ਇੱਥੇ ਪਿਆ ਰਹਿਣਾ ਮੈਂ। ਮੇਰੀ ਜਾਨ ਚਲੀ ਜਾਵੇ ਫਿਰ ਬਾਅਦ 'ਚ ਚਾਹੇ ਕੋਈ ਮਦਦ ਕਰੇ ਨਾ ਕਰੇ ਕੋਈ ਉਹ ਨਹੀਂ। ਤਸਵੀਰਾਂ ਜਿਹੜੀਆਂ ਨੇ ਤਾਂ ਉਹ ਭਵਾਨੀਗੜ੍ਹ ਤੋਂ ਦਿਖਾ ਰਹੇ ਹਾਂ, ਜਿੱਥੇ ਜਨਮ ਅਸ਼ਟਮੀ ਵਾਲੇ ਦਿਨ ਇੱਕ ਗਰੀਬ ਪਰਿਵਾਰ ਦੀ ਛੱਤ ਗਿਰ ਜਾਂਦੀ ਹੈ। ਤਾਂ ਤਸਵੀਰਾਂ ਦੇਖ ਸਕਦੇ ਹੋ, ਤਾਂ ਜਨਮ ਅਸ਼ਟਮੀ ਵਾਲੇ ਦਿਨ ਜਿੱਥੇ ਤੂਫਾਨੀ ਮੀਂਹ ਆਉਂਦਾ, ਤਾਂ ਉਸ ਮੀਂਹ ਝੱਖੜ ਦੇ ਵਿੱਚ ਇੱਕ ਗਰੀਬ ਪਰਿਵਾਰ ਦਾ ਜਿਹੜਾ ਘਰ ਢਹਿ ਢੇਰੀ ਹੋ ਜਾਂਦਾ। ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਤਾਂ ਜਿਹੜਾ ਗਰੀਬ ਪਰਿਵਾਰ ਦਾ ਮੁਖੀ ਹੈ, ਤਾਂ ਉਹ ਪਹਿਲਾਂ ਦੱਸ ਦਈਏ ਕਿ ਹਾਰਟ ਅਟੈਕ ਦਾ ਮਰੀਜ਼ ਸੀ। ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰੀਕੇ ਪਰੇਸ਼ਾਨ ਹੈ, ਬੜੀ ਮਿਹਨਤ ਦੇ ਨਾਲ ਪਾਇਆ ਹੋਇਆ ਘਰ ਚੂਰੋ ਚੂਰ ਹੋ ਜਾਂਦਾ, ਜਿਸ ਤੋਂ ਬਾਅਦ ਦੁੱਖ ਹੈ ਜਿਹੜਾ ਤਾਂ ਉਹ ਨਹੀਂ ਜਰਿਆ ਜਾ ਰਿਹਾ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ, ਤਾਂ ਇਹ ਭਵਾਨੀਗੜ੍ਹ ਦੇ ਮਾਨ ਕਲੋਨੀ ਦਾ ਮਾਮਲਾ। ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਮਦਦ ਦੀ ਗੁਹਾਰ ਲਾ ਰਿਹਾ। ਤਾਂ ਜਾਣਕਾਰੀ ਦੇ ਦਈਏ ਕਿ ਪਹਿਲਾਂ ਦੋ ਲੜਕੀਆਂ ਨੇ, ਤੇ ਆਪ ਮਿਹਨਤ ਕਰਕੇ ਦਿਹਾੜੀ ਕਰਕੇ ਕਮਾਉਣ ਵਾਲਾ, ਜਿਹੜਾ ਅਸੀਂ ਕਹਿ ਸਕਦੇ ਹਾਂ ਘਰ ਨਹੀਂ ਪਾ ਸਕਦਾ, ਜੇ ਮਜਬੂਰ ਹੋ ਚੁੱਕਿਆ, ਤਾਂ ਦਰਸ਼ਕਾਂ ਨੂੰ ਬੇਨਤੀ ਕਰ ਰਿਹਾ ਕਿ ਮੇਰਾ ਘਰ ਪਵਾ ਕੇ ਦਿੱਤਾ ਜਾਵੇ। ਕੀ ਹੈ ਮਾਮਲਾ, ਤੁਸੀਂ ਆਪ ਸੁਣੋ ਖੁਦ। ਨਰੇਸ਼ ਕੁਮਾਰ ਜੀ, ਨਰੇਸ਼ ਜੀ ਕੀ ਗੱਲ, ਤੁਸੀਂ ਮਲਵੇ ਦੇ ਹੇਠ ਕਿਉਂ ਪਏ ਹੋ ਤੁਸੀਂ ਇਦਾਂ? ਮਲਵੇ ਦਾ ਮੇਰਾ ਘਰ ਟਹਿ ਗਿਆ ਜੀ, ਤੇ ਮੈਂ ਕੀ ਕਰਾਂ ਹੁਣ, ਮੈਂ ਤਾਂ ਕੋਈ ਨਹੀਂ ਹੈਗਾ ਹੁਣ। ਕਿਵੇਂ 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 ਗਰੀ ਛੱਤ ਤੁਹਾਡੇ ਘਰ ਦੀ? ਸਾਡੇ ਘਰ ਦੀ ਛੱਤ ਜਨਮ ਅਸ਼ਟਮੀ ਵਾਲੇ ਮੀਂਹ ਪੈ ਗਿਆ ਜੀ, ਤੇ ਅੱਧੀ ਰਾਤ ਨੂੰ ਛੱਤ ਗਿਰ ਗਈ ਤੇ ਅਸੀਂ ਬਚ ਗਏ, ਤੇ ਸਾਡੀ ਨੁਕਸਾਨ ਹੋ ਜਾਣਾ ਤੀ, ਲੱਤ ਬਾਂਹ ਟੁੱਟ ਜਾਂਦੀ ਕਿਸੇ ਦੀ, ਤਾਂ ਮੈਂ ਕਿੱਥੇ ਜਾਂਦਾ? ਕਿਸੇ ਰਿਸ਼ਤੇਦਾਰ ਨੇ ਨਹੀਂ ਮੇਰੀ ਮਦਦ ਕੀਤੀ, ਕਿਸੇ ਹੋਰ ਨੇ ਨਹੀਂ ਕਰੀ। ਸਭ ਨੂੰ MC ਨੂੰ ਵੀ ਮੈਂ ਗੁਹਾਰਾਂ ਲਾਈਆਂ, ਉਹਨੇ ਵੀ ਜਵਾਬ ਦੇ ਦਿੱਤਾ, ਤੇ ਹੁਣ ਲੋਕੋ ਹੁਣ ਦੱਸੋ ਮੈਂ ਕੀ ਕਰ ਸਕਦਾ। ਸੋ ਤੁਸੀਂ ਕਮਾਈ ਦਾ ਸਾਧਨ ਕੀ ਹੈ ਤੁਹਾਡਾ, ਤੁਸੀਂ ਕੀ ਕੰਮ ਕਾਜ ਕਰਦੇ ਹੋ? ਅਸੀਂ ਮੈਂ ਕਰਦਾ ਜੀ ਦਿਹਾੜੀ ਦਾ, ਦਿਹਾੜੀ ਤੇ ਹੁਣ ਤੁਹਾਨੂੰ ਪਤਾ ਹੀ ਹੈ ਵੀ ਕਿੰਨੀ ਕੁ ਦਿਹਾੜੀ ਹੁੰਦੀ ਆ ਜੀ, ਕਦੇ ਕੰਮ ਮਿਲ ਗਿਆ ਕਦੇ ਨਹੀਂ ਮਿਲ ਗਿਆ ਜੀ। ਤੇ ਮੈਂ ਖੁਦ ਘਰ ਦੀ ਛੱਤ ਪਾਉਣ ਲਈ ਸਮਰੱਥ ਨਹੀਂ ਹੈਗੇ? ਛੱਤ ਨਹੀਂ ਪੈ ਸਕਦੀ ਵੀਰ ਜੀ, ਨਹੀਂ। ਤੁਹਾਡੀ ਸਿਹਤ ਸੰਬੰਧੀ ਤੁਹਾਨੂੰ ਸਮੱਸਿਆਵਾਂ ਵੀ ਨੇ ਕੁਝ, ਕੀ ਗੱਲ? ਹਾਂਜੀ, ਮੈਨੂੰ ਤਿੰਨ ਹਾਰਟ ਦੀ ਪ੍ਰੋਬਲਮ ਹੈ, ਤਿੰਨ ਹਾਰਟ ਹੋ ਗਈ ਜੀ, ਤੇ ਘਰ ਦੇ ਹੈਗੇ ਜੀ ਬਿਮਾਰ, ਘਰ ਦੇ ਵੀ ਸਾਹ ਦੀ ਬਿਮਾਰੀ ਹੈ ਜੀ, ਉਹਨਾਂ ਨੂੰ ਉਹ ਨਹੀਂ ਕਰ ਸਕਦੇ ਕੁਛ। ਬਿਮਾਰੀ ਹੈ, ਤੁਸੀਂ ਹਾਰਟ ਦੇ ਪੇਸ਼ੈਂਟ ਹੋ, ਤੁਸੀਂ ਇਵੇਂ ਮਲਬੇ ਤੇ ਕਿਉਂ ਪਿਓ ਫਿਰ ਤੁਸੀਂ? ਮਲਬੇ ਤੇ ਤਾਂ ਹੀ ਪਊਂਗਾ ਜੀ, ਜੇ ਕੋਈ ਕਿਸੇ ਪਾਸੋਂ ਹੈਲਪ ਨਹੀਂ ਮਿਲਦੀ ਹੈਗੀ, ਤੇ ਮੇਰਾ ਮਸਾਂ ਘਰ ਪਿਆ ਦੀਗਾ ਉਦੋਂ। ਪਰ ਤੁਹਾਡੀ ਸਿਹਤ ਵੀ ਖਰਾਬ ਹੋ ਸਕਦੀ ਹੈ। ਸਿਹਤ ਖਰਾਬ ਹੋ ਸਕਦੀ ਹੈ ਜੀ, ਹੁਣ ਮੈਂ ਕੀ ਕਰਾਂ, ਇੱਥੇ ਪਿਆ ਹੈਗਾ, ਬਸ ਇੱਥੇ ਹੀ ਪਿਆ ਰਹੂੰਗਾ ਮੈਂ। ਕੀ 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 ਤੁਸੀਂ ਗੁਹਾਰ ਕੀ ਲਗਾਉਣਾ ਚਾਹੁੰਦੇ, ਤੁਸੀਂ ਮਦਦ ਲਈ ਕਹੋਗੇ ਕੁਛ? ਮਦਦ ਇਹ ਵੀ ਕਰ ਸਕਦੇ ਹੋ ਤੁਸੀਂ, ਕਰ ਦਿਓ ਜਿੰਨੀ ਕੁ ਹੁੰਦੀ ਹੈ ਤੁਹਾਡੇ ਤੋਂ, ਤੇ ਨਹੀਂ ਤਾਂ ਫਿਰ ਮੇਰੀ ਇੱਥੇ ਹੀ ਨੰਬਰ ਆਪਦਾ ਨੰਬਰ ਸ਼ੇਅਰ ਕਰੋ। ਨੰਬਰ ਮੇਰਾ ਹੈਗਾ 97 810 61 728।